ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਾ ਨੇ ਰੋਪੜ ਜ਼ਿਲ੍ਹੇ ਵਿੱਚ ਮਿੰਨੀ ਸਕੱਤਰੇ ਦੇ ਕਮੇਟੀ ਰੂਮ ਵਿੱਚ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਦਿਸ਼ਾ ਦੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਇਲਾਕੇ ਵਿੱਚ ਚੱਲ ਰਹੀਆਂ ਸਕੀਮਾਂ ਦਾ ਵੀ ਜਾਇਜ਼ਾ ਲਿਆ। ਚੰਦੂਮਾਜਾ ਨੇ ਕੰਮਕਾਰ ਤੇ ਤਸੱਲੀ ਪ੍ਰਗਟਾਉਂਦੇ ਕਿਹਾ ਕਿ ਜਿੱਥੇ ਜ਼ਿਲ੍ਹੇ ਵਿੱਚ ਕਈ ਯੋਜਨਾਵਾਂ ਵਧੀਆ ਤਰੀਕੇ ਨਾਲ ਚੱਲ ਰਹੀਆਂ ਨੇ, ਉੱਥੇ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਤਹਿਤ ਤਲਾਬ ਪੁੱਟਣ ਦੀ ਯੋਜਨਾ ਤੇ ਬਿਹਤਰੀ ਨਾਲ ਕਾਰਜ ਨਹੀਂ ਹੋਇਆ। ਉਨ੍ਹਾਂ ਸੰਬੰਧਿਤ ਮਹਿਕਮੇ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਕਾਫੀ ਸਕੀਮਾਂ ਤੇ ਤਸੱਲੀ ਬਖਸ਼ ਕੰਮ ਚੱਲ ਰਿਹਾ ਤੇ ਕਾਫੀ ਤੇ ਮੈਂ ਸਮਝਦਾ ਜੋ ਜਿਸ ਤਰ੍ਹਾਂ ਹੋਣਾ ਚਾਹੀਦਾ ਨਹੀਂ ਹੋਇਆ। ਖਾਸ ਤੌਰ ਤੇ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਜਿਹੜੀ ਆ ਉਹਦੇ ਤਹਿਤ ਜਿਹੜਾ ਪਾਣੀ ਬਚਾਉਣ ਦਾ ਇੱਕ ਸਕੀਮ ਇੰਡੀਆ ਦੇ ਵਿੱਚ ਚੱਲੀ ਆ 10 ਲੱਖ ਤਲਾਬ ਦੀ ਖੁਦਾਈ ਕਰਨ ਲਈ, ਉਹਦੇ ਵਿੱਚ ਮੈਂ ਕਹਿ ਸਕਦਾ ਕਿ ਬਹੁਤ ਹੀ ਪੂਅਰ ਹੈ ਰਿਸਪੋਂਸ, ਔਰ ਉਹਦੇ ਲਈ ਮਨਰੇਗਾ ਜਾਂ ਵਿਕਾਸ ਮਹਿਕਮਾ ਜਿਹੜਾ ਹੈ ਉਹ ਜ਼ਿੰਮੇਵਾਰ ਆ। ਉਹਦਾ ਨੋਟਿਸ ਲਿਆ ਅਤੇ ਉਹਨਾਂ ਨੂੰ ਕਿਹਾ ਵੀ ਅਗਲੀ ਪ੍ਰੋਗਰੈਸ ਅਗਲੀ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਲਾਓ।